ਰਾਂਚੀ ਵਿਖੇ ਦੱਖਣੀ ਅਫਰੀਕਾ ਖਿਲਾਫ ਤੀਸਰੇ ਟੈਸਟ ਮੈਚ ਵਿੱਚ ਭਾਰਤੀ ਟੀਮ ਨੂੰ ਮਿਲੀ ਸ਼ਾਨਦਾਰ ਜਿੱਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਪੂਰੀ ਲੜੀ ਵਿੱਚ ਜਿਸ ਤਰ੍ਹਾਂ ਰੋਹਿਤ ਸ਼ਰਮਾ ਨੇ ਬੱਲੇਬਾਜ਼ੀ ਕੀਤੀ ਹੈ, ਉਸ ਨਾਲ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਦੀ ਟੀਮ ਨੂੰ ਦੋ ਵਾਰ ਆਊਟ ਕਰਨ ਲਈ ਕਾਫ਼ੀ ਸਮਾਂ ਮਿਲਿਆ ਹੈ ਅਤੇ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੱਕ ਟੀਮ ਦੇ ਰੂਪ ਵਿੱਚ ਉਹ ਬਹੁਤ ਵਧੀਆ ਖੇਡ ਰਹੇ ਹਨ। ਕੀ ਬੋਲਿੰਗ ਕਰੀਏ ਸਭ ਨੇ ਮਿਲ ਕੇ, ਕੋਈ ਆਪਕੋ ਐਸਾ ਨਹੀਂ ਦਿਖੇਗਾ ਕਿ ਇੱਕ ਨੇ 8 ਵਿਕਟ ਲੈ ਲਈ ਔਰ ਬਾਕੀਓ ਨੇ ਕੁਛ ਨਹੀਂ ਕੀਆ। ਤੋ ਜੋ ਵੀ ਬੋਲਿੰਗ ਕਰਨੇ ਆ ਰਹਾ ਹੈ ਉਹ ਲੱਗ ਰਿਹਾ ਹੈ ਕਿ ਹਰ ਸਪੈਲ ਮੇ ਵਿਕਟ ਲੈ ਸਕਤੇ ਹੈ। ਤੋ ਉਹ ਸਿਰਫ ਟੀਮ ਕੇ ਬਾਰੇ ਮੇ ਸੋਚਤੇ ਹੈ ਕਿ ਟੀਮ ਕਿਆ ਚਾਹਤੀ ਹੈ, ਔਰ ਹਮੇ ਸਬਸੇ ਜ਼ਿਆਦਾ ਉਸੀ ਚੀਜ਼ ਕੀ ਖੁਸ਼ੀ ਹੈ ਕਿ ਹਮ ਐਜ਼ ਅ ਟੀਮ ਜੋ ਹੈ ਬਹੁਤ ਹੀ ਕਮਾਲ ਕੀ ਕ੍ਰਿਕਟ ਖੇਲ ਰਹੇ ਹੈ। ਰੋਹਿਤ ਕਾ ਵੀ ਹਮ ਲੋਕ ਵਾਈਜ਼ੈਗ ਮੇ ਬਾਤ ਕਰ ਰਹੇ ਥੇ ਕਿ ਐਜ਼ ਐਨ ਓਪਨਰ ਟੈਸਟ ਕ੍ਰਿਕਟ ਮੇ ਯੂ ਨੋ ਉਨਕੋ ਇੱਕ ਵੋ ਐਂਟੀਸਿਪੇਸ਼ਨ ਹੋਤਾ ਹੈ ਕਿ ਕਿਆ ਚੈਲੇਂਜਸ ਹੋਂਗੇ ਐਜ ਐਨ ਓਪਨਰ ਟੈਸਟ ਕ੍ਰਿਕਟ ਮੇ, ਕਿਉਂਕਿ ਵਨਡੇ ਮੇ ਤੋ ਦੁਨੀਆ ਮੇ ਬੈਸਟ ਓਪਨਰ ਰਹੇ ਹੈ ਕਾਫੀ ਟਾਈਮ ਸੇ, ਔਰ ਤੋ ਵੋ ਉਸ ਚੀਜ਼ ਕੋ ਓਵਰਕਮ ਕਰਨਾ, ਔਰ ਜਿਸ ਤਰੀਕੇ ਸੇ ਰੋਹਿਤ ਨੇ ਬੈਟਿੰਗ ਕੀ ਹੈ ਇਸ ਸੀਰੀਜ਼ ਮੇ, ਹਮ ਲੋਗੋ ਕੋ ਇੱਕ ਸੈਸ਼ਨ ਦੋ ਦੋ ਤਿੰਨ ਤਿੰਨ ਘੰਟੇ ਮਿਸ ਕਰਨੇ ਕੇ ਬਾਅਦ ਵੀ ਉਨਕੀ ਬੈਟਿੰਗ ਕੀ ਪੇਸ ਕੀ ਵਜ੍ਹਾ ਸੇ ਹਮੇ ਇਤਨਾ ਟਾਈਮ ਮਿਲਾ ਬੋਲਿੰਗ ਕਰਨੇ ਕਾ ਔਰ ਟੀਮ ਕੋ ਦੋ ਬਾਰ ਆਊਟ ਕਰਨੇ ਕਾ। ਤੋ ਵੋ ਚੀਜ਼ ਕ੍ਰੈਡਿਟ ਸਿਰਫ ਪਲੇਅਰ ਕੋ ਹੀ ਜਾਤਾ ਹੈ, ਕਿਉਂਕਿ ਆਪਣੀ ਐਂਗਜ਼ਾਇਟੀਜ਼ ਕੋ ਆਪਣੇ ਇੱਕ ਜੋ ਹੈਜ਼ੀਟੇਸ਼ਨ ਕੋ ਓਵਰਕਮ ਕਰਕੇ ਐਸੀ ਪਰਫਾਰਮੈਂਸ ਦੇਣਾ ਮੈਨ ਆਫ ਦ ਸੀਰੀਜ਼ ਪਹਿਲੀ ਸੀਰੀਜ਼ ਮੈਂ ਹੀ ਐਜ਼ ਅ ਓਪਨਰ, ਆਈ ਥਿੰਕ ਕਮਾਲ ਕੀ ਪਰਫਾਰਮੈਂਸ ਰਹੀ ਰੋਹਿਤ ਕੀ ਵੀ, ਮਯੰਕ ਕੀ ਵੀ ਸਪੈਸ਼ਲ ਪਰਫਾਰਮੈਂਸ ਰਹੀ, ਨਏ ਓਪਨਰ ਹੈ ਔਰ ਕੰਸਿਸਟੈਂਟਲੀ ਪਰਫਾਰਮ ਕੀਆ, ਜਿੰਕਸ ਨੇ ਘਰ ਪੇ ਕਾਫੀ ਟਾਈਮ ਬਾਅਦ ਸੈਂਚੁਰੀ ਬਣਾਈ, ਵੈਸਟ ਇੰਡੀਜ਼ ਮੈਂ ਕਾਫੀ ਟਾਈਮ ਬਾਅਦ ਟੈਸਟ ਸੈਂਚੁਰੀ ਬਣਾਈ। ਤੋ ਸਭ ਚੀਜ਼ਾਂ ਜੋ ਹੈ ਪਿਛਲੇ ਦੋ ਤਿੰਨ ਮਹੀਨੇ ਮੈਂ ਕਾਫੀ ਅੱਛੀ ਡਾਇਰੈਕਸ਼ਨ ਮੈਂ ਮੂਵ ਹੋ ਰਹੀ ਹੈ, ਔਰ ਜੈਸੇ ਮੈਨੇ ਬੋਲਾ ਕਿ ਐਜ਼ ਅ ਟੀਮ ਬਹੁਤ ਅੱਛਾ ਲੱਗਤਾ ਹੈ ਦੇਖਣੇ ਕੋ ਕਿ ਇੰਡੀਵਿਜੁਅਲਸ ਅਲੱਗ ਅਲੱਗ ਟਾਈਮ ਪੇ ਸਟੈਂਡ ਅਪ ਕਰ ਰਹੇ ਹੈ ਔਰ ਪਰਫਾਰਮੈਂਸਿਸ ਦੇ ਰਹੇ ਹੈ।